हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते। जी अज दी वीडियो विच आपां सत्त वच्छियां छेर लई लैके आए जी। सत्ती टॉप दियां ने, इक दूजी तों वध के नगीने आ जी। आओ पाउंदे आ वीर तों कली कली डिटेल। आ जी वीर जी, सत श्री अकाल। सत श्री अकाल जी। वीरे नाम ते एड्रेस बोल दो। ना भाई, मेरा धर्मेंद्र सिंह जी, पिंड अपना संधू कलां, जिला बरनाला ते तहसील तपा जी। मोबाइल नंबर बोल दे 6802 जी 1844 जी। 6802 1844 वीर का कॉन्टैक्ट नंबर है। बाकी स्क्रीन उपर आ रहा, नोट कर लो। फिर त्रविंदर, सब तो पहला पा बच्ची बारे गल करते हैं जी। 95 नंबर टोकन पाया, किन्नी कु उम्र है जी भाई? भाई 95 नंबर टोकन, 92 ते को परली बच्ची है जी, इन्हां दे विच 91 सॉरी जां पता नहीं 93 नंबर आ गया टैग। अच्छा जी, ते इह तिन्ने बच्चियां दी जिहड़ी एज है जी 9 मंथ दी है जी। ठीक है, 9 मंथ दी उम्र है जी। ठीक हां जी, ते किहड़े सीमन दी है भाई, पता है? 95 नंबर भाई एवीएस ब्रूट दी हैगी। ठीक है जी। 92 नंबर जिहड़ी हैगी 50053 दी हैगी भाई। ठीक है भाई, डेनमार्क दी आ बच्ची। ठीक है, ते जिहड़ी बच्ची आह आ गई जी 93 नंबर जी, ए पीडीएफ दे ਵੀਰੇ ਮੈਸੀ ਸੀਮਨ ਦੀ ਹੈ ਜੀ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਇਸ ਵਸਤੀ ਬਾਰੇ ਗੱਲ ਕਰਦੇ ਹਾਂ। ਇਹਦੀ ਕਿੰਨੀ ਉਮਰ ਹੈ ਦਵਿੰਦਰ? ਸਹੀ ਬਾਈ, ਇਹਦੀ 11 ਮੰਥ ਜੀ। 11 ਮੰਥ ਦੀ ਇਹਦੀ ਉਮਰ ਹੈ? ਹਾਂ ਸੌਰੀ, 9 ਮੰਥ ਦੀ ਜੀ। ਇਹਨਾਂ ਤਿੰਨਾਂ ਬੱਚਿਆਂ ਦੀ 9-9 ਮੰਥ ਦੀ ਏਜ ਹੈ ਜੀ। ਠੀਕ ਹੈ ਵੀਰੇ, ਹਾਂਜੀ। ਤੇ ਖੋਲ ਲਾ, ਤੋੜ ਕੇ ਦਿਖਾ ਦੇ ਮਾੜਾ। ਕੱਦ ਕਾਠ ਬਹੁਤ ਚੰਗਾ ਜੀ, ਪ੍ਰਿੰਟ ਵਗੈਰਾ ਟੌਪ ਦਾ ਜੀ ਚੰਗੀ ਆ ਬੱਚੀ। ਫੇਸ ਕੁਆਲਿਟੀ ਬਹੁਤ ਚੰਗੀ ਆ, ਤੇ ਪਿੱਠ ਪੁੜੇ ਦੀ ਚੜਾਈ ਤੁਹਾਡੇ ਸਾਹਮਣੇ ਆ। ਥਣ ਥੁਣ ਬਹੁਤ ਚੰਗਾ ਲੱਗਿਆ ਵਾ, ਚਾਰੇ ਥਣ ਨਿਕਲਵੇਂ ਪੂਰੇ ਗਾਇਬ ਤੇ ਆਈ, ਝੁਲੀ ਝੁਲੀ ਚੰਗੀਆਂ ਮੋੜ ਲਿਆ ਦਰਵਿੰਦਰ। ਤੇ ਕਿੰਨਾ ਕੁ ਦੁੱਧ ਪਾਇਆ ਬਾਈ ਇਹਦੀ ਮਾਂ ਨੇ? ਬਾਈ ਜਿਹੜਾ ਮਦਰ ਰਿਕਾਰਡ ਹੈਗਾ ਫਾਰਮ ਦੀਆਂ ਬੱਚੀਆਂ ਰਹੀਆਂ 32-33 ਕਿਲੋ ਤੋਂ ਲੈ ਕੇ 37-37 ਕਿਲੋ ਤੱਕ ਵੀਰੇ ਰਿਕਾਰਡ ਹੈਗਾ ਬੱਚੀਆਂ ਦਾ। ਠੀਕ ਹੈ ਵੀਰੇ, ਹਾਂਜੀ। ਤੇ ਫੇਸ ਕੁਆਲਿਟੀ ਦੀ ਬਹੁਤ ਟੌਪ ਦੀ ਆ, ਮਾੜਾ ਜਿਹਾ ਵੀਰੇ ਨੂੰ ਕਰੀ ਬਈ ਦਾ ਮੂੰਹ ਦਿਖਾ ਦਈਏ, ਨੇੜ ਤੋਂ ਆ ਦੇ ਸਕਦੇ। ਖਰਗੋਸ਼ ਵਰਗੀ ਬੱਚੇ ਜੀ, ਟੌਪ ਦੀ ਕੁਆਲਿਟੀ ਆ। ਹਾਂ ਬਸ ਠੀਕ ਆ ਤੁਹਾਨੂੰ, ਤੇ ਚੰਗੇ ਸੀਮਣ ਦੀ ਆ। ਕਿਹੜੇ ਸੀਮਣ ਦੀ ਆ ਤੁਹਾਨੂੰ? ਵੀਰੇ ਬਰੂਟ ਬੋਲ ਦੀ ਬੱਚੀ ਹੈ ਜੀ, ਬਰੂਟ ਦੀ ਹੈ, ਝੋਲੀ ਝੋਲੀ ਚੰਗੀ ਆ ਬਾਈ, ਝੋਲੀ ਚਾਰੇ ਥਾਂ ਨਿਕਲ ਗਏ ਪੂਰੇ ਗੈਪ ਤੇ ਆ। ਤੇ ਰੇਟ ਇਹਦਾ ਕੀ ਆ ਦਰਵਿੰਦਰ? ਰੇਟ ਬਾਈ ਜਿਹੜਾ 3 ਬੱਚੀਆਂ ਦਾ 50,000 ਰੁਪਿਆ ਜੀ। 3 ਬੱਚੀਆਂ ਦਾ 50,000 ਰੁਪਿਆ? ਹਾਂਜੀ। ਤੇ ਜੇ ਕੱਲੀ ਦਾ ਦੇਖਣਾ ਹੋਵੇ ਕਿੰਨਾ ਕਰ ਹੋਊਗਾ? ਕੱਲੀ ਦਾ ਬਾਈ ਫਿਰ ਜਿਹੜਾ ਕੋਈ ਮੌਕੇ ਤੇ ਖਰੀਦਣਾ ਚਾਹੁੰਦਾ ਵੀਰ ਉਹ ਕੰਟੈਕਟ ਕਰ ਲਵੇ, ਉਹ ਜਿਹਾ ਕਰ ਲਵਾਂਗੇ। ਹਾਂਜੀ ਠੀਕ ਹੈ ਵੀਰੇ। ਅੱਗੇ 2 ਨੰਬਰ ਤੇ ਦਰਵਿੰਦਰ ਬਾਈ, ਇਹਦੇ ਬਾਰੇ, ਇਹਦੀ ਕਿੰਨੀ ਉਮਰ ਆ? ਇਹ ਵੀਰੇ 50053 ਦੀ ਹੈਗੀ, ਇਹਦੀ ਵੀ 9 ਮੰਥ ਦੀ ਉਮਰ ਹੈ ਜੀ। ਠੀਕ ਆ, ਕੱਢ ਲਿਆ ਬਾਹਰ ਤੋਰ ਕੇ। ਥੱਲੋ ਝੋਲੀ ਝੁਲੀ ਇਹਦੀ ਦੇਖ ਲਓ, ਝੋਲੀ ਦਾ ਬਾਬੀ ਗੱਡੀ ਬੈਠੀ ਆ, ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ ਦੇ ਸਕਦੇ ਬਾ। ਠੀਕ ਹੈ ਵੀਰੇ, ਤੇ ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਜੀ, ਤੇ ਪੂਰੀ ਟੌਪ ਦੀ ਆ, ਬਹੁਤ ਚੰਗੇ ਸੀਮਨ ਦੀ ਆ, 50053 ਦੀ ਆ। ਪ੍ਰਿੰਟ ਪ੍ਰੁੰਟ ਪੂਰਾ ਚੰਗਾ, ਪਿੱਠ ਫੋੜਾ ਨੇੜ ਤੋਂ ਦਿਖਾਵਾਂਗੇ। ਫੇਸ ਕੁਆਲਿਟੀ ਚੈੱਕ ਕਰ ਲਓ ਜੀ, ਚੰਗੀ ਆ। ਤੇ ਕਿੰਨਾ ਦੁੱਧ ਪਾਇਆ ਧਰਮਿੰਦਰ ਦੀ ਮਾਂ ਨੇ ਬਾਈ? 32-33 ਕਿਲੋ ਰਿਕਾਰਡ ਆ ਬਾਈ ਸਟਾਰਟਿੰਗ ਜਿਹੜਾ ਬੱਚਿਆਂ ਦਾ ਸਾਰੀਆਂ ਦਾ ਜੀ, ਤੇ 35 ਤੋਂ ਪਲੱਸ ਆ ਸਾਰੀਆਂ ਬੱਚਿਆਂ ਬਾਕੀ। ਠੀਕ ਹੈ ਵੀਰੇ, ਆ ਦੇਖ ਸਾ ਚੰਗੀ ਆ, ਖੁੱਲੀਆਂ ਆਈਆਂ ਕਰਕੇ ਨਾ ਬਾਈ ਫਾਰਮ ਚ ਮਸਤੀ ਜ਼ਰੂਰ ਕਰਦੀਆਂ, ਮਸਤੀ ਕਰਦੀਆਂ। ਤੇ ਚੰਗੀ ਆ, ਪ੍ਰਿੰਟ ਪ੍ਰੁੰਟ ਬਹੁਤ ਚੰਗਾ, ਤੇ ਕੱਦ ਕਾਠ ਉਮਰ ਦੇ ਹਿਸਾਬ ਨਾਲ ਬਹੁਤ ਚੰਗਾ ਜੀ। ਤੇ ਝੋਲੀ ਝੋਲੀ ਦੀ ਬਿਲਕੁਲ ਸਾਫ ਆ, ਕੋਈ ਫੋਰਸਾਂ ਵੀ ਨਹੀਂ ਹੈਗੀ। ਤੇ ਬਾਕੀ ਤਿੰਨਾਂ ਦਾ ਰੇਟ 50,000 ਆ, ਮਾਨ ਤਾਂ ਜ਼ਰੂਰ ਹੋ ਜੂ। ਅੱਗੇ ਤੀਜੀ ਬਾਰੇ ਬਾਈ, ਇਹਦੀ ਕਿੰਨੀ ਉਮਰ ਆ ਵੀਰੇ? ਇਹ ਵੀਰੇ ਪੀਡੀਐਫ ਦੀ ਮੈਸੀ ਦੀ ਬੋਲ, ਮੈਸੀ ਬੋਲਦੀ ਅੱਛੀ ਹੈ ਜੀ। ਠੀਕ ਹੈ ਵੀਰੇ, ਹਾਂ ਵੀਰੇ, ਇਹਦੀ ਵੀ 9 ਮੰਥ ਏਜ ਹੈ ਜੀ। 9 ਮਹੀਨਿਆਂ ਦੀ ਉਮਰ ਹੈ ਜੀ? ਹਾਂਜੀ ਠੀਕ ਹੈ ਜੀ, ਸੇਮ ਹੀ ਆ ਹਨਾ ਇਹਨਾਂ ਦੇ ਤਿੰਨਾਂ ਦੀ ਉਮਰ। ਠੀਕ ਹੈ ਵੀਰੇ, ਪਿੱਠ ਵੀ ਕੱਦ ਕਾਠ ਚੰਗਾ ਜੀ, ਪ੍ਰਿੰਟ ਵਗੈਰਾ ਇਹਦਾ ਵੀ ਚੰਗਾ, ਪਿੱਠ ਬੱਚੀ ਦਾ ਪਿੱਠ ਪੂੜਾ ਦੇਖੋ ਤੇ ਵੀਰੇ, ਸਟੇਟਨੈਸ ਦੇਖੋ ਬੱਚੀ ਦੀ ਉੱਪਰ ਤੋਂ। ਠੀਕ ਹੈ ਵੀਰੇ, ਮੋੜ ਲਿਆ ਦਰਵਿੰਦਰ। ਤੇ ਬੱਚੀ ਦੀ ਖੜਨੀ ਖੁੜਨੀ ਹੈ ਜਿਹੜੀ ਉਹ ਦੇਖ ਲਓ ਤੁਸੀਂ, ਬਹੁਤ ਚੰਗੀ ਆ ਜੀ। ਆ ਦੇ ਸਾਨੂੰ ਪ੍ਰਿੰਟ ਪ੍ਰੁੰਟ ਤਾਂ ਬਾ ਕਮਾਲ ਦਾ, ਥਣ ਥੁਣ ਬਹੁਤ ਚੰਗਾ ਲੱਗਿਆ ਵਾ, ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ। ਥੋੜੀ ਮਸਤੀ ਕਰਦੇ ਆ, ਖੁੱਲੀਆਂ ਆਈਆਂ ਕਰਕੇ ਕੁਛ ਰੇਤੇ ਤੇ। ਤੇ ਇਹਨਾਂ ਤਿੰਨਾਂ ਦਾ ਰੇਟ ਦਰਵਿੰਦਰ 50,000 ਆ ਹਨਾ? ਹਾਂਜੀ, ਬਾਕੀ ਮਾਨਤਾਨ ਹੋ ਜੂਗਾ ਬਾਈ, ਮੌਕੇ ਤੇ ਮਾਨਤਾਨ ਹੋ ਜੂਗਾ ਜੀ। ਇੱਕ ਇਹਦਾ ਜੀ ਤੇ ਇੱਕ ਇਹਦਾ, ਤੇ ਇਹਨਾਂ ਜਿਹੜੀਆਂ ਤਿੰਨੇ ਤੁਹਾਨੂੰ ਪਹਿਲੇ ਨੰਬਰ ਵਾਲੀਆਂ ਦਿਖਾਈਆਂ ਨਾ, ਤਿੰਨਾਂ ਦਾ ਰੇਟ 50,000 ਰੁਪਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਬੱਚੀਆਂ ਚੰਗੀਆਂ ਜੀ, ਚੰਗੇ ਸੀਵਣ ਦੀਆਂ, ਪ੍ਰਿੰਟ ਪ੍ਰੁੰਟ ਬਹੁਤ ਚੰਗੇ ਆ, ਬਿਊਟੀ ਚੰਗੀ ਆ ਜੀ। ਤੇ ਅੱਗੇ ਤਰਵਿੰਦਰ ਬਾਈ 4 ਨੰਬਰ ਤੇ, ਇਹਦੀ ਕਿੰਨੀ ਉਮਰ ਆ? ਇਹਦੀ ਵੀਰੇ ਮਾਲਾ ਬੱਚੀ ਦੀ ਜਿਹੜੀ ਇਹਨਾਂ ਬੱਚਿਆਂ ਦੀ ਏਜ ਹੈਗੀ ਜੀ 12 ਮੰਥ ਤੋਂ ਲੈ ਕੇ 13 ਮੰਥ ਤੱਕ ਹੈ ਜੀ। 12 ਮੰਥ ਤੋਂ 13 ਮੰਥ ਦੇ ਵਿੱਚ ਇਹ ਏਵੀਐਸ ਵੀਰੇ ਪ੍ਰੋਫਿਟਬਲ ਦੀ ਬੱਚੀ ਹੈਗੀ ਜੀ। ਪ੍ਰੋਫਿਟ ਦੀ ਹੈ ਇਹ ਜੀ? ਹਾਂਜੀ ਠੀਕ 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 ਠੀਕ। ਤੇ ਖੋਲ ਲਾ ਵੀਰੇ, ਇਹਨੂੰ ਤੋੜ ਕੇ ਦਿਖਾ ਦਈਏ। ਕੱਦ ਕਾਠ ਇਹਦਾ ਬਹੁਤ ਚੰਗਾ, ਇਹ ਤਾਂ ਸੀਵਣ ਦੇ ਕਾਬਲ ਹੀ ਆ ਹਨਾ? ਹਾਂ ਬਾਈ, ਸੀਵਣ ਦੇ ਕਾਬਲ ਆ ਗਈ, ਜਮਾ ਕੱਚੀ ਬੱਚੀ ਹੈ ਜੀ। ਕੱਦ ਕਾਠ ਉੱਚਾ ਲੰਮਾ ਪੂਰਾ ਵਧੀਆ, ਤੇ ਬਰੀਡ ਬਰੂਟ ਬਹੁਤ ਚੰਗੀ ਆ, ਚੰਗੇ ਸੀਵਣ ਦੀ ਆ, ਤੇ ਪਿੱਠ ਫੁੜਾ ਵੀ ਚੰਗਾ, ਮੋੜ ਲਿਆ ਧਰਮਿੰਦਰ ਬਾਈ। ਤੇ ਫੇਸ ਕੁਆਲਿਟੀ ਵੀ ਆ ਦੇਖ ਸਕਦੇ ਬਹੁਤ ਚੰਗੀ ਆ ਜੀ। ਤੇ ਮਾਂ ਦਾ ਦੁੱਧ ਉਹੀ ਉਹਦੇ ਵਿੱਚ ਹੀ ਆ ਨਾ ਬਾਈ, 32 ਤੋਂ ਲੈ ਕੇ ਵੀਰੇ 35-36 ਕਿਲੋ ਤੱਕ, 35-36 ਲੀਟਰ ਤੱਕ ਰਿਹਾ ਇਹਨਾਂ ਦਾ। ਠੀਕ,
ਪਿੱਠ ਫੜਾ ਨੇੜ ਤੋਂ ਚੈੱਕ ਕਰੋ ਤੋਰ ਤੂਰ ਪੂਰੀ ਚੰਗੀ ਆ ਲੈਗ ਸਕੋਰ ਸਾਰਾ ਕੁਝ ਚੰਗਾ ਜੀ ਤੇ ਥਾਣ ਥੁਣ ਚੰਗੇ ਆ ਕੋਈ ਫੋੜ ਛਾਂਗ ਨਹੀਂ ਹੈਗੀ ਚੋਲੀ ਬਾਈ ਬਹੁਤ ਜ਼ਿਆਦਾ ਆ ਵੱਛੀ ਥੱਲੇ ਚਾਰੇ ਥਾਂ ਨਿਕੜ ਮਿਆ ਦੇਖ ਸਾਨੇ ਪੂਰੇ ਗੈਪ ਤੇ ਲੱਗੇ ਵੇ ਚੰਗੇ ਆ ਥਾਂ ਹਾਈਟ ਲੈਂਥ ਵੀਰੇ ਪਿੱਠ ਫੁੱਟ ਦੀ ਚੜਾਈ ਬਹੁਤ ਜ਼ਿਆਦਾ ਹੈਗੀ ਵੱਛੀ ਦੀ ਠੀਕ ਹੈ ਵੀਰੇ ਦਰਵਿੰਦਰ ਕੀ ਰੇਟ ਆ ਬਾਈ ਇਹਦਾ ਇਹਦਾ ਬਾਈ 23000 ਰੁਪਿਆ ਜੀ 23000 ਰੁਪਿਆ ਫੇਸ ਬਿਊਟੀ ਦੇਖੋ ਬਹੁਤ ਟਾਪ ਵਧੀਆ ਦੇਖ ਸਾਨ ਤੇ 23000 ਰੁਪਿਆ ਦਾ ਰੇਟ ਆ ਬਾਕੀ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾਊਗਾ ਅੱਗੇ ਬਾਈ ਦਰਵਿੰਦਰ ਇਹਦੇ ਬਾਰੇ ਤੇ 5 ਨੰਬਰ ਤੇ ਆ ਇਹ ਵੀਰੇ ਹਾਂ 5 ਨੰਬਰ ਤੇ ਜੀ 5 ਨੰਬਰ ਤੇ ਬਾਈ ਇਹ ਵੀਰੇ ਡੈਨਮਾਰਕ 4116 ਦੀ ਵੱਛੀ ਹੈ ਜੀ ਠੀਕ ਹੈ ਵੀਰੇ ਹਾਂ ਬਾਈ ਕੱਚੀ ਵੱਛੀ ਹੈ ਵੀ ਕਿੰਨੀ ਉਮਰ ਹੈ ਬਾਈ ਇਹਦੀ ਵੀਰੇ 12 ਮਹੀਨੇ ਉਮਰ ਹੈਗੀ ਵੱਛੀ 12 ਮਹੀਨੇ ਦੀ ਹਾਂਜੀ ਠੀਕ ਹੈ ਇਹ ਵੀ ਬਸ ਮਹੀਨੇ ਕਿ ਤਾਈ ਟੀਕਾ ਲੈ ਲਓ ਦੇ ਲਓ ਵੱਛੀ ਦੀ ਮਹੀਨੇ ਕਿ ਤਾਈ ਮੈਂ ਟੀਕਾ ਲੈ ਲੂ ਹਣਾ ਬਾਈ ਹਾਂਜੀ ਬਾਈ ਮਹੀਨੇ ਤੱਕ ਟੀਕਾ ਲੈ ਜੂਗੀ ਵਿੱਚ ਪਿੱਠ ਫੁੜਾ ਇਹਦਾ ਵੀ ਚੰਗਾ ਤੋਰ ਵਗੈਰਾ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ 40116 ਦੀ ਹੈ ਜੀ ਠੀਕ ਹੈ 40116 ਦੀ ਹੈ ਫੇਸ ਬਿਊਟੀ ਚੈੱਕ ਕਰੋ ਜੀ ਇਹਦੀ ਬਹੁਤ ਟਾਪ ਦੀ ਆ ਬੂਦੀ ਬੂਦੀ ਪੂਰੀ ਚੰਗੀ ਆ ਨਿੱਕਾ ਨਿੱਕਾ ਕੰਨਾ ਵੱਛੀ ਦੇ ਵੀਰੇ ਛੋਟਾ ਛੋਟਾ ਕੰਨ ਆ ਜੀ ਇਹ ਜਾਤ ਤੇ ਬਰੀਡ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ ਤੇ ਥਣ ਥੁਣ ਇਹਦਾ ਬਹੁਤ ਚੰਗਾ ਜੀ ਚਾਰੇ ਥਣ ਨਿਕਣ ਮੇ ਪੂਰੇ ਗੈਪ ਤੇ ਆ ਜੀ ਤੇ ਇਹਦਾ ਤਰਵਿੰਦਰ ਬਾਈ ਕੀ ਰੇਟ ਰਹੂਗਾ ਇਹਦਾ 20000 ਰੁਪਏ ਜੀ 20000 ਰੁਪਏ ਆ ਦੇ ਸਾ ਚਾਰੇ ਥਣ ਨਿਕਣ ਮੇ ਪੂਰੇ ਗੈਪ ਤੇ ਬਲ ਢੱਲਾਂ ਬਹੁਤ ਚੰਗੀਆਂ ਨੇ ਤੇ 20000 ਰੁਪਏ ਦਾ ਰੇਟ ਆ ਬਾਕੀ ਮੌਕੇ ਦੇ ਵਿੱਚੋਂ ਮਾਨ ਤਾਂ ਜ਼ਰੂਰ ਹੋ ਜੂ ਆਦੇਸ਼ਾਂ ਦੇ ਬਿਊਟੀ ਨੇਟ ਤੋਂ ਚੈੱਕ ਕਰੋ ਬਰੀਡ ਬਰੂਡ ਜਾਤ ਪੂਰੀ ਚੰਗੀ ਆ ਅੱਗੇ ਬਾਈ 6 ਨੰਬਰ ਤੇ ਕੱਚੀ ਵੱਛੀ ਹੈ ਬਾਈ 13 ਮਹੀਨੇ ਦੀ ਵੱਛੀ ਦੀ ਉਮਰ ਹੈਗੀ ਸਟੈਕਰ ਦੇ ਵੀਰੇ ਸੈਕਸਲ ਬੋਲਦੀ ਵੱਛੀ ਸਟੈਕਰ ਦੀ ਸੈਕਸਲ ਦੀ ਹੈ ਜੀ ਇਹ ਠੀਕ ਹੈ ABS ਸੈਕਸਲ ਦੀ ਜੀ ਸੈਕਸਲ ਸੀਮ ਹਾਂ ਸੈਕਸਲ ਸੀਮ ਬਣਾਈ ਸਟੈਕਰ ਆ ਜਿਹੜਾ ਠੀਕ 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 ਹਾਂਜੀ ਉਹਦੀ ਵੱਛੀ ਹੈਗੀ ਹੈ ਕੱਦ ਕਾਠ ਬਹੁਤ ਚੰਗਾ ਪ੍ਰਿੰਟ ਵਗੈਰਾ ਚੰਗਾ ਤੇ ਬਹੁਤ ਚੰਗੇ ਸੀਮ ਆਂਦੀ ਆ ਜੀ ਫੇਸ ਬਿਊਟੀ ਵੀ ਇਹਦੀ ਚੈੱਕ ਕਰਵਾਵਾਂਗੇ ਨੇੜ ਤੋਂ ਚੰਗੀ ਆ ਤੋਰ ਤੂਰ ਵਗੈਰਾ ਬਹੁਤ ਚੰਗੀ ਆ ਪ੍ਰਿੰਟ ਵਗੈਰਾ ਵੀ ਚੰਗਾ ਤੇ ਝੋਲੀ ਦੇ ਬਲ ਬੁਲ ਵੀ ਚੰਗੇ ਦੱਸ ਦੂਰੋਂ ਹੀ ਦੇਖਦੇ ਆ ਬਲ ਬੁਲ ਆ ਦੇਖ ਸਾਨੂੰ ਫੇਸ ਬਿਊਟੀ ਪੂਰੀ ਚੰਗੀ ਹੈ ਤੇ ਕੱਦ ਕਾਠ ਚੰਗਾ ਤੇ ਸੀਮਣ ਦੇ ਬਿਲਕੁਲ ਕਾਬਲ ਹਾਂਜੀ ਮੰਨ ਲਓ ਖੁੱਲੀ ਆਈ ਕਰਕੇ ਨਾ ਫਰਟ ਮਸਤੀ ਕਰਦੇ ਆ ਹਾਂ ਖੁੱਲੀ ਆਈ ਕਰਕੇ ਮਸਤੀ ਕਰਦੇ ਆ ਤੇ ਬਰੀਡ ਦੇਖੋ ਜੀ ਲੈਂਥ ਲੋਂ ਤੋਂ ਪੂਰੀ ਲੰਮੀ ਆ ਜੀ ਚੰਗੀ ਆ ਬੱਚੀ ਤੇ ਥਣ ਥੁਣ ਨੇੜ ਤੋਂ ਚੈੱਕ ਕਰਵਾਉਂਦੇ ਆ ਚਾਰੇ ਥਣ ਨਿਕਣ ਮੇ ਪੂਰੇ ਗੈਪ ਤੇ ਆ ਜੀ ਆ ਦੇਖ ਸਕਦੇ ਚੰਗੇ ਆ ਥਣ ਥੁਣ ਤੇ ਕੀ ਰੇਟ ਆ ਤਰਵਿੰਦਰ ਬਾਈ ਇਹਦਾ ਇਹ ਬਾਈ ਜੋੜੇ ਦਾ 55000 ਰੁਪਿਆ ਮੁੱਲ ਕਰਦੇ ਆ ਆਪਾਂ ਜੋੜੇ ਦਾ ਹੈ ਹਾਂਜੀ ਦੂਜੇ ਆ ਕਿਹੜੀ ਆ ਲਾਸਟ ਵਾਲੀ ਹੈ ਜੀ 7ਵੇਂ ਨੰਬਰ ਤੇ ਜੀ 7ਵੇਂ ਨੰਬਰ ਤੇ ਇਹ ਪਾਈਪਰ ਦੇ ਵੀਰੇ ਸੈਕਸਲ ਸੀਮਨ ਦੀ ਵੱਛੀ ਹੈ ਜੀ ਕਿਹੜੇ ਦੀ ABS ਦੀ ਪਾਈਪਰ ਦੇ ਸੈਕਸਲ ਸੀਮਨ ਦੀ ਵੱਛੀ ਜੀ ਠੀਕ ਹੈ ਵੀਰੇ ਤੇ ਪ੍ਰਿੰਟ ਇਹਦਾ ਬਹੁਤ ਚੰਗਾ ਜੀ ਕੱਦ ਕਾਠ ਵੀ ਪੂਰਾ ਉੱਚਾ ਲੰਮਾ ਚੰਗੀ ਆ ਵੱਛੀ ਸਮੀ ਪਲੀ ਵੀ ਆ ਤੇ ਫਾਰਮ ਵਾਲੀਆਂ ਵੱਛੀਆਂ ਨੇ ਇਹ ਫੇਸ ਕੁਆਲਿਟੀ ਚੈੱਕ ਕਰੋ ਤੇ ਚੰਗੇ ਸੀਮਨ ਦੀ ਆ ਦੇ ਸਾਨੂੰ ਫੇਸ ਬਿਊਟੀ ਬਹੁਤ ਤਕੜੀ ਆ ਦੀ ਤੇ ਕੱਦ ਕਾਠ ਵੀ ਇਹ ਵੀ ਸੀਮਨ ਦੇ ਬਿਲਕੁਲ ਕਾਬਲੀ ਆ ਝੂੜੀ ਝੂੜੀ ਇਹਦੀ ਵੀ ਦੂਰੋਂ ਦਿੰਦੀ ਆ ਚੰਗੀ ਆ ਤੇ ਚਾਰੇ ਥਣ ਨਿਕਣ ਮੇ ਪੂਰੇ ਗੈਪ ਤੇ ਆ ਦੇਈ ਸਾਨੂੰ ਪੂਰੀ ਚੰਗੀ ਵੱਛੀ ਆ ਲੈਂਥ ਲੋਂ ਤੇ ਦੇਖੋ ਜੀ ਇਹਦੀ ਤੇ ਪਿੱਠ ਫੁੜਾ ਨੇੜ ਤੋਂ ਚੈੱਕ ਕਰਵਾਉਨੇ ਆ ਦੇਖ ਸਾਨੂੰ ਇਹਨਾਂ ਦੋਵਾਂ ਦਾ ਬਾਈ 6 ਨੰਬਰ ਤੇ 7 ਵਾਲੀ ਦਾ 55 ਇਹਦਾ 55 ਜੇ ਕੋਈ 4 ਵੱਛੀਆਂ ਹੈ ਬਾਈ ਇਕੱਠੀਆਂ ਲਊਗਾ ਠੀਕ ਹੈ ਵੀਰੇ 4 ਨੰਬਰ ਤੋਂ ਲੈ ਕੇ 7 ਨੰਬਰ ਤੱਕ ਜੀ ਠੀਕ ਹੈ ਜੀ ਤੇ 85000 ਦੀਆਂ ਦੇ ਦਾਂਗੇ ਜੀ 85000 ਹਾਂ ਮੰਨ ਲਓ ਮਾਨ ਤਾਂ ਜਾਇਜ਼ ਜੇ ਹੋਣਾਗਾ ਠੀਕ ਹੈ ਹਾਂਜੀ ਬਹੁਤ ਚੰਗੀ ਹੈ ਜੀ ਵੱਛੀ ਆ ਦੇ ਸਾਨੂੰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਬਿਊਟੀ ਵੀ ਪੂਰੀ ਟਾਪ ਦੀ ਹੈ ਚੰਗੀਆਂ ਵੱਛੀਆਂ ਇੱਕ ਦੂਜੇ ਤੋਂ ਵੱਧ ਕੇ ਆ ਤਾਂ ਤਿੰਨੇ ਚਾਰੇ ਤਾਂ ਸੀਮਣ ਦੇ ਬਿਲਕੁਲ ਕਾਬਲੀ ਹੈ ਜੀ ਕਿਸੇ ਵੀਰ ਨੂੰ ਨਾ 7 ਨਗਾਂ ਜੋ ਕੋਈ ਵੀ ਨਗ ਪਸੰਦ ਹੋਵੇ ਤਾਂ ਵੀਰ ਨਾਲ ਕੰਟੈਕਟ ਕਰਕੇ ਖਰੀਦ ਲਿਓ ਜੀ ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਉਹ ਵੀ ਵੀਰ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦਾ ਜੀ ਸਾਰੀਆਂ ਹੀ ਵੱਛੀਆਂ ਇੱਕ ਦੂਜੀ ਤੋਂ ਵੱਧ ਕੇ ਚੰਗੀਆਂ ਨੇ ਕੁਆਲਿਟੀ ਬਹੁਤ ਚੰਗੀ ਆ ਅਰੇ ਸਰ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ